जिथे एक रब वर्गी मां द्वारा बेटे नूं पाउण दे लई लखां अरदासां कीतियां जांदियां हन अते बेटे नूं अपनी जान तो भी ज्यादा प्यार करन वाली मां नूं अगर उसका बेटा रात नूं अपने नाल सौण दे लई कहे तां मां दे दिल ते की बीतदी है इसका अंदाजा कोई नहीं लगा सकता। अजिहा ही शर्मनाक मामला बटाला दे मुर्गी मोहल्ला तो सामने आया जिथे 32 साल नौजवान प्रीतपाल नूं नशे ने अपनी चपेट च लिया होया है जो नशा करके अपनी मां नूं रात नूं नाल सौण दे लई कहिंदा है अते अपने बुढ़े मां बाप की कुटमार भी करता है जिसका बाप पहला ही 8 साल तो बीमारी दे नाल लड़ रहा है। बुजुर्ग मां ने दस्या कि उसका बेटा उसनूं बहुत ही तंग परेशान करता है अते नाल ही जानों मारन दियां धमकियां भी दिंदा है। उन्हां वल्लों प्रीतपाल नूं बेदखल भी किया गया लेकिन वह फिर भी उन्होंने घर आ के मारकुट करता है जिस संबंधी उन्हां वल्लों पुलिस नूं भी बार बार शिकायत करन ते भी पुलिस वल्लों कोई भी कार्रवाई नहीं की जा रही सगो उल्टा उन्हां नूं पुलिस स्टेशन चो धक्के मार के बाहर कढ़िया जा रहा है। मैं 10 तरीक नूं गई हां 13 दी SSP दे पहुंची SSP ने उन्होंने गल कहता कि चलो तुसीं दूजे सिविल थाने चल जाओ। सिविल थाने गई तो सिविल थाने ने कहता भी हुण तुसीं इंज करो 3:30 बज गए आंदे चौंकी हो के आओ। फिर मैं सिविल थाने आई उन्हें सुनी नहीं चौंकी बने 2-3 घंटे बह गई उन्हें सुनी नहीं। फिर मैं सिविल थाने आई फिर इन्हें कहा माता तेनों फिर एक बार जाना पैना सिविल उत्थे चौंकी। मैं कहा हुण भाजी मैं 3:30 हो गए मैं तो अगे हंब गई 2-3 उत्थे गई आई तो मैं कितों जावा। उन्होंने चल तू सवेरे माता अजे सवेरे चल जी। फिर मैं 18 तरीक नूं गई हाँ 18 बजे तो कहिंदे चल कोई नहीं उन्होंने लै के तो वर्का रख लिया वा ਮੈਂ ਤਾਂ ਰੱਖ ਰਿਹਾ ਮੁੜ ਕੇ ਕੋਈ ਆਇਆ ਨਹੀਂ ਕਹਿੰਦੇ ਸੀ ਹੁਣ ਹੁਣ 2 ਵਾਰੀ ਕਿਤੇ ਮੈਂ ਉਹਨਾਂ ਫੋਨ ਚੁੱਕਿਆ ਨਹੀਂ ਕੱਟ ਦਿੱਤਾ ਫੋਨ ਮੈਂ ਤਾਂ ਕਿਹਾ ਤੁਸੀਂ ਗੇ ਉਠਾਣੇ ਕਿੰਨੇ ਧੱਕੇ ਮਾਰੇ ਸੀ ਤੁਹਾਨੂੰ ਸੋ ਉਠਾਣੇਦਾਰ ਨੇ ਕੀ ਕਹਿੰਦੇ ਸੋ ਜਿਹੜਾ ਉਹ ਮੈਨੂੰ ਕਹਿੰਦਾ ਕਿ ਮਾਤਾ ਤੂੰ ਕਿਤੇ ਰੋਜ਼ ਤੁਰੀ ਆਉਂਦੀ ਹੈ ਤਾਂ ਮੈਂ ਕਿਹਾ ਹੁਣ ਕਿੱਥੇ ਦੱਸੋ ਕਿੱਥੇ ਆਈਏ ਦੁਖੀ ਹੋ ਗਏ ਤਾਂ ਉਹਨੇ ਤੁਹਾਡੇ ਕੋਲ ਕਿਤਰਾ ਆਈਏ ਕਿ ਮੈਂ ਤੁਹਾਡਾ ਮੁੰਡੇ ਦਾ ਹੈਗਾ ਵਾ ਮੈਂ ਕਿਹਾ ਹਾਂਜੀ ਮੁੰਡੇ ਨਾਲ ਅਤੇ ਤੂੰ ਮਾਤਾ ਕੀ ਕਰਨੀ ਆ ਤੂੰ ਇੱਥੇ ਚੱਲ ਜਾ ਤੂੰ ਮਤਲਬ ਕੋਈ ਨਹੀਂ ਤੇਰਾ ਇੱਥੇ ਆਉਂਦਾ ਮੈਂ ਕਿਉਂ ਉਹ ਕਿੱਥੇ ਜਾਈਏ ਮਾਤਾ ਤੂੰ ਦੱਸੋ ਇੱਥੇ ਨਿਕਲ ਇੱਥੋਂ ਬਾਹਰ ਮੈਂ ਕਿਹਾ ਕਿਉਂ ਤੂੰ ਉਹਨੇ ਇੱਥੇ ਆਇਆ ਕਰ ਮੈਂ ਕਿਹਾ ਅੱਛਾ ਕਿਉਂ ਮੈਂ ਕਹਿੰਦਾ ਮੈਂ ਇੱਥੇ ਆਵਾਂ ਅਤੇ ਅਸ਼ੋਕ ਜਿਹੜਾ ਸਾਰੇ ਉਹਨਾਂ ਨੇ ਫੋਨ ਕੀਤਾ ਫਿਰ ਉਹਨਾਂ ਨੂੰ ਫਿਰ ਪੁਲਿਸ ਵਾਲੇ ਇੱਥੇ ਆਏ ਉਸ ਤੋਂ ਬਾਅਦ ਜੇ ਗੱਲ ਕੀਤੀ ਤੁਹਾਡਾ ਮੁੰਡਾ ਕੀ ਮੁੰਡੇ ਨੂੰ ਕਹਾ ਦੀ ਕੀ ਕਹਿੰਦਾ ਤੁਹਾਨੂੰ ਮੁੰਡਾ ਮੁੰਡਾ ਬਹੁਤ ਕੁਛ ਕਹਿੰਦਾ ਮੁੰਡਾ ਕਹਿੰਦਾ ਵੀ ਮੈਂ ਨਸ਼ੇ ਕਰਨੇ ਮੈਂ ਕੰਮ ਨਹੀਂ ਕਰਨਾ ਮੈਂ ਤੁਹਾਨੂੰ ਦੁਖੀ ਕਰਨਾ ਹੀ ਕਰਨਾ ਵਾ ਜੋ ਮਰਜ਼ੀ ਕਰ ਨਾ ਕਰ ਤੁਹਾਡੇ ਕੋਲ ਖਾਣਾ ਵਾ ਅਤੇ ਤੁਹਾਨੂੰ ਮੈਂ ਮਾਰ ਦੇਣਾ ਵਾ ਜਿਹੜਾ ਬਾਹਰ ਗਿਆ ਉਹਨੂੰ ਵੀ ਮਾਰ ਦੇਣਾ ਵਾ ਉਹ ਦਫ਼ਾ ਉਹ ਕੋਈ ਬਾਹਰ ਮੈਂ ਜਾਣੇ ਤੂੰ ਉਹ ਕੋਈ ਗਿਆ ਵਾ ਮੈਂ ਕਿਹਾ ਉਹ ਕਿਸੇ ਦੇ ਪਾਸਪੋਰਟ 'ਤੇ ਕੋਈ ਜਾਂਦਾ ਵਾ ਤੁਹਾਡੇ ਮੁੰਡੇ ਵੱਲੋਂ ਤੁਹਾਡੇ ਨਾਲ ਕੋਈ ਮਾਰਕੁਟਾਈ ਵੀ ਕੀਤੀ ਜਾਂਦੀ ਜਾਂ ਕੋਈ ਗਲਤ ਸ਼ਬਦਾਵਲੀ ਬੋਲੀ ਜਾਂਦੀ ਵੱਧ ਕੀ ਕਹਿੰਦਾ ਬਹੁਤ ਗੰਦ ਬੋਲਦਾ ਇੰਨਾ ਗੰਦ ਬੋਲਦਾ ਵਾ ਤੇਰੀ ਭੈਣ ਪਹਾੜੀ ਤੇਰੀ ਭੈਣ ਫਲਾਣੀ ਬਹੁਤ ਗੰਦ ਬੋਲਦਾ ਮਾਰਕੁਟਾਈ ਕੀਤੀ ਜਾਂਦੀ ਤੁਹਾਡੇ ਨਾਲ ਮਾਰਕੁਟਾਈ ਵਾਧੂ ਮਾਰਕੁਟਾਈ ਬੋਤਲ ਪਾਉਂਦੀ ਉਦਣ ਵੱਟ ਕੇ ਮਾਰੀ ਮੇਰੇ ਇੱਥੇ ਅਤੇ ਉਹ ਸੀਨਾ ਚਲੋ ਮੁੰਡਾ ਲੱਗ ਗਿਆ ਤੈਨੂੰ ਫੜ ਲਿਆ ਸੀਨਾ ਇੰਨਾ ਦੁਖੀ ਕੀਤਾ ਵੱਧ ਮਾਰਦਾ ਪਾਪਾ ਤੈਨੂੰ ਮਾਰਦਾ ਕੁੜਦਾ ਪਾਪਾ ਤਾਂ ਠੀਕ ਵੀ ਨਹੀਂ ਹੈਗਾ ਉਹ ਠੀਕ ਨਹੀਂ ਉਹਨੂੰ 8 ਸਾਲ ਹੋ ਗਏ ਆ ਅਟੈਕ ਹੋਏ ਨੂੰ ਅਤੇ ਜੀਭ ਵੀ ਨਹੀਂ ਚੱਲਦੀ ਬੋਲਦੀ ਨਹੀਂ ਜੀਭ ਤਾਂ ਤਾਂ ਵੀ ਇਹਨੂੰ ਮਾਰਦਾ ਕੁੜਦਾ ਕਿੱਥੇ ਜਾਵੇ ਇਹ ਚੱਲ ਬੁੱਢਿਆ ਦਫ਼ਾ ਇੱਥੋਂ ਮਰਦਾ ਤੂੰ ਕਦੇ ਗਲੋਂ ਲੱਥਣਾ ਵਾ ਦੱਸੋ ਕਿੱਥੇ ਜਾਣ ਬੁੱਢੇ ਉਧਰ ਨੌਜਵਾਨ ਦੀ ਭਾਬੀ ਨੇ ਦੱਸਿਆ ਕਿ ਪ੍ਰੀਤਪਾਲ ਨਸ਼ੇ ਦੀ ਹਾਲਤ 'ਚ ਇੰਨਾ ਪਰੇਸ਼ਾਨ ਕਰਦਾ ਹੈ ਕਿ ਜਦੋਂ ਉਸਦਾ ਪਤੀ ਕੰਮ 'ਤੇ ਚਲੇ ਜਾਂਦਾ ਹੈ ਤੇ ਉਸ ਨਾਲ ਗਲਤ ਹਰਕਤਾਂ ਕਰਦਾ ਹੈ ਜਦਕਿ ਉਹ ਇਸੇ ਹੀ ਕਾਰਨ ਆਪਣੇ ਮਾਂ ਬਾਪ ਤੋਂ ਅਲੱਗ ਰਹਿ ਰਹੇ ਹਨ ਲੇਕਿਨ ਬਜ਼ੁਰਗ ਮਾਂ ਬਾਪ ਦੀ ਸ਼ਿਕਾਇਤ 'ਤੇ ਪੁਲਿਸ ਕਾਰਵਾਈ ਨਹੀਂ ਕਰਦੀ ਅਤੇ ਨਾ ਹੀ ਉਹਨਾਂ ਨੂੰ ਕਿਤੇ ਇਨਸਾਫ ਮਿਲ ਰਿਹਾ ਹੈ ਹੋਰ ਮਿਲ ਕੇ ਕੁੜੀ ਨੂੰ ਇਹ ਗੱਲਾਂ ਕਰਦਾ ਵਾ ਮੈਂ ਪਾਲੀ ਇਹ ਦੱਸੋ ਵੀ ਤੇ ਆਪਣੀ ਰੋਟੀ ਨਹੀਂ ਕਮਾ ਸਕਦਾ ਅਤੇ ਰੋਟੀ ਕੁੜੀ ਨੇ ਸਾਡੀ ਕਿਤੋਂ ਪਾਲਣੀ 'ਚ ਉਹ ਤਾਂ ਖੁਦ ਆਪਣੀ ਮਾਂ ਕੋਲ ਰੋਟੀ ਖਾਣ ਲਈ ਵਿਚਾਰੀ ਉਹਨੂੰ ਖੁਦ ਕਹਿੰਦਾ ਮੇਰੀ ਮੈਂ ਤੂੰ ਭਾਂਡੇ ਮਾਂਜੀ ਭਾਂਡੇ ਮਾਂਜੀ ਤਾਂ ਫਿਰ ਇਹ 'ਚ ਕਿਹਦਾ ਮਿਲਣਾ ਹੁੰਦਾ ਜੇ ਅਕਸਰ ਇੰਨਾ ਮਤ ਕੀਤਾ ਜੇ ਗਾਲਾਂ ਇਹਨਾਂ ਨੂੰ ਇੰਨੀਆਂ ਕਰਦਾ ਸਾਨੂੰ ਦੁੱਖ ਲੱਗਦਾ ਜਦੋਂ ਅਸੀਂ ਕਹਿੰਦੇ ਹਾਂ ਫਿਰ ਗਾਲੀ ਸਾਨੂੰ ਵੀ ਮਾਰਨਾ ਪੈਂਦਾ ਜੇ ਹਾਂਜੀ ਦੋਵਾਂ ਡੈਡੀ ਸਾਰੇ ਠੀਕ ਨਹੀਂ ਹੈਗੇ ਉਹਨਾਂ ਨੂੰ ਤੁਹਾਡਾ ਮਾਰਦਾ ਜੇ ਉਹਨੂੰ ਡਾਕਟਰ ਮਾਰ ਮਾਰ ਕੇ ਬਿਠਾ ਦਿੰਦਾ ਜੇ ਪੁਲਿਸ ਨੂੰ ਕੰਪਲੇਨ ਕੀਤੀ ਕਿ ਨਜ਼ਰ ਆਇਆ ਤੁਹਾਨੂੰ ਪਹਿਲਾਂ ਵੀ 1-2 ਵਾਰੀ ਕੀਤੀ ਜੇ ਹੁਣ ਫਿਰ ਕੀਤੀ ਹੈਗਾ 3 ਤਰੀਕ 'ਤੇ ਅਤੇ ਕੋਈ ਪੁਲਿਸ ਦੇ ਸੁਣਾ ਉਹ ਆ ਜਾਂਦੇ ਆ ਚੱਲ ਜਾਂਦੇ ਆ ਬਸ ਉਹਨਾਂ ਦਾ ਤੁਹਾਨੂੰ ਪਤਾ ਹੀ ਹੁੰਦਾ ਵੀ ਕੀ ਕਰਨਾ ਜੇ ਆ ਜਾਂਦੇ ਚਾਹ ਪਾਣੀ ਲੈ ਜਾਂਦੇ ਚਲੋ ਜੀ ਤੁਹਾਡੇ ਕੋਲ ਗਰੀਬਾਂ ਕੋਲ ਕੀ ਜੀ ਕੰਪਲੇਂਟ ਹੋਣ 'ਤੇ ਵੀ ਉਹਦੇ ਲੜਕੇ ਨੂੰ ਸਵੇਰੇ ਲਿਆਂਦਾ ਸੀਗਾ ਚੌਂਕੀ ਬਿਠਾਇਆ ਸੀਗਾ ਜੀ
ਉਹਦੀ ਮਾਤਾ ਨੂੰ ਟਾਈਮ ਦਿੱਤਾ ਸੀਗਾ ਸ਼ਾਮ ਦਾ ਵੀ ਸ਼ਾਮ ਆਓ ਅਤੇ ਮਾਂ ਪੁੱਤਾਂ ਦਾ ਬੈਠ ਕੇ ਆਪਾਂ ਡਿਸਪਿਊਟ ਜਿਹੜਾ ਸੁਣ ਕੇ ਤਾਂ ਆਪਾਂ ਦੂਰ ਕਰ ਦਈਏ। ਪਰ ਉਸ ਤੋਂ ਦੂਸਰੇ ਪਾਸੇ ਉਹਨਾਂ ਨੇ ਪੁਲਿਸ ਨੂੰ ਇੱਕ ਇਲਜ਼ਾਮ ਲਾਇਆ ਪੁਲਿਸ 'ਤੇ ਕਿ ਮੈਂ ਜਿੰਨੇ ਵਾਰੀ ਥਾਣੇ ਜਾਂਦੀ ਹਾਂ ਤਾਂ ਪੁਲਿਸ ਵਾਲੇ ਮੈਨੂੰ ਸਹੀ ਬੋਲਦੇ ਨਹੀਂ, ਮੈਨੂੰ ਧੱਕੇ ਮਾਰਦੇ। ਨਹੀਂ ਜੀ ਕੋਈ ਇਹੀ ਗੱਲ ਨਹੀਂ, ਕੰਪਲੇਂਟ ਜਿਹੜੀ ਆਈ ਉੱਥੇ ਅਸੀਂ ਪਹਿਲ ਦੇ ਆਧਾਰ 'ਤੇ ਬਜ਼ੁਰਗ ਮਾਤਾ ਆ ਉਹਦੇ ਬੇਟੇ ਨੂੰ ਲੈ ਕੇ ਆਏ ਹਾਂ ਅਤੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਅਤੇ ਜੋ ਕਹਿ ਰਹੀ ਹੋ ਸੋ ਬਜ਼ੁਰਗ ਹੋ ਸਕਦਾ ਆਪਣੇ ਤੌਰ 'ਤੇ ਕਹਿ ਤਾਂ ਇਹੋ ਜਿਹੀ ਨੌਕਰੀ ਆਈ ਕੋਈ। ਹੁਣ ਬੇਟਾ ਬਿਠਾਇਆ ਕਿ ਚਲਾ ਗਿਆ? ਬੇਟਾ ਬਿਠਾਇਆ, ਮਾਂ ਜੀ ਨੂੰ 5 ਵਜੇ ਦਾ ਟਾਈਮ ਦਿੱਤਾ ਜੀ, ਉਸ ਤੋਂ ਬਾਅਦ ਜੋ ਵੀ ਉਹਨਾਂ ਦਾ ਉਸ 'ਚ ਮਾਂ ਪੁੱਤਾਂ ਦਾ ਬੈਠ ਕੇ ਟਰੈਕ ਕਰਵਾ ਦਿੱਤਾ। ਬਟਾਲਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ ਵਰਲਡ ਫੇਮਸ ਮੌਲਾਨਾ ਬਜ਼ੀਰ ਖਾਨ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਸਪੈਸ਼ਲਿਸਟ ਵਸ਼ੀਕਰ, ਲਵ ਮੈਰਿਜ, ਲੋਟਰੀ ਨੰਬਰ, ਮਨ ਚਾਹਿਆ ਪਿਆਰ, ਕਰਜ਼ੇ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਕੀਤਾ ਕਰਾਇਆ, ਸੌਂਤਨ ਦੁਸ਼ਮਣ ਤੋਂ ਛੁਟਕਾਰਾ, ਖੂਨ ਦੇ ਛਿੱਟੇ ਆਉਣੇ, ਪਤੀ ਪਤਨੀ ਵਿੱਚ ਅਣਬਣ, ਹਰ ਜਗ੍ਹਾ ਤੋਂ ਨਿਰਾਸ਼ ਹੋਏ ਲੋਕ ਇੱਕ ਵਾਰ ਜ਼ਰੂਰ ਫੋਨ ਕਰੋ। ਹਰ ਸਮੱਸਿਆ ਦਾ ਹੱਲ ਸਿਰਫ 21 ਘੰਟਿਆਂ 'ਚ 101% ਗਰੰਟੀ ਨਾਲ। ਉਮੀਦ ਦੀ ਆਖਰੀ ਕਿਰਨ ਮੌਲਾਨਾ ਬਜ਼ੀਰ ਖਾਨ, ਇੱਕ ਵਾਰ ਜ਼ਰੂਰ ਫੋਨ ਕਰੋ 83068 73505।